दिलाफिल न हो यकदम ये दुनिया छोड़ जाना है दिलाफिल न हो यकदम ये दुनिया छोड़ जाना है ये दुनिया छोड़ कर खाली जमी अंदर समाना है ये दुनिया छोड़ कर खाली जमी अंदर समाना है ये तेरा नाजुक बदन भाई जो लेटे शेज फूलों पर ये तेरा नाजुक बदन भाई जो लेटे शेज फूलों पर ਹੁਏਗਾ ਇੱਕ ਦਿਨ ਮਰਦਾਂ ਜੋ ਕਿਰਮੋ ਨੇ ਖਾਣਾ ਹੈ। ਅਉਜ਼ੁ ਬਿਲਲਾਹਿ ਨਿਸ਼ਤਵਾਉਨਿਰ ਰਾਜੀਮ ਬਿਸਮਿਲਹਿ ਰਹਿਮਾਨਿਰ ਰਹੀਮ ਮੇਰੇ ਦੋਸਤੋ ਤੇ ਮੇਰੇ ਇਸਲਾਮੀ ਭੈਣ ਭਰਾਓ ਲੋ ਬੱਚੋ ਅੱਜ ਤੁਹਾਨੂੰ ਮੈਂ ਦੱਸਣਾ ਹੈ ਕਲਪ ਜਾਰੀ ਕਰਨ ਦਾ ਤਰੀਕਾ ਤੇ ਕਲਪ ਜਾਰੀ ਕਰਨ ਤੋਂ ਬਾਅਦ ਕੀ ਇਹਦੇ ਨਾਲ ਕਰਨਾ ਚਾਹੀਦਾ ਕਿੰਨਾ ਇਹਦਾ ਫਾਇਦਾ ਹੁੰਦਾ ਕਲਬ ਜਾਰੀ ਹੋਣ ਦਾ ਲੋ ਮੇਰੇ ਦੋਸਤੋ ਤੇ ਬੱਚਿਓ ਤੇ ਪਿਆਰੇ ਚਲੰਮੀ ਭੈਣ ਭਰਾਓ ਜਿਸ ਬੰਦੇ ਦਾ ਕਲਬ ਜਾਰੀ ਕਰਨੋਂ ਦਿਲ ਕਰਦਾ ਹੈ ਜਿਹਦਾ ਦਿਲ ਕਰਦਾ ਪਹਿਲੇ ਤਾਂ ਉਹਨੂੰ ਚਾਹੀਦਾ ਸਭ ਤੋਂ ਪਹਿਲੇ ਪੰਜ ਵਕਤ ਦੀ ਨਮਾਜ਼ ਪੜੇ ਕੁਰਾਨ ਪੜ੍ਹੇ ਉਸ ਤੋਂ ਬਾਅਦ ਨਮਾਜ਼ ਵਾ ਫਾਰੋਗ ਅਫੇਰਾ ਕੰਮ ਕਰੇ ਤੇ ਬੜਾ ਫਾਇਦਾ ਹੁੰਦਾ ਉਹਨੂੰ ਤੇ ਦੋਸਤੋ ਕਰਨਾ ਕੀ ਬੱਚਿਓ ਐ ਮੇਰੇਲ ਦੇਖੋ ਅਸ ਜ਼ੁਬਾਨ ਜਿਹੜੀ ਜ਼ੁਬਾਨ ਤਾਲੂਣ ਲਾਣੀ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਤਾਲੂਣ ਲਾ ਕੇ ਤੇ ਤਸਵਰ ਕਰਨਾ ਕਹਿੰਦਾ ਅੱਲਾ ਇਸ ਤਰ੍ਹਾਂ ਮੂੰਹ ਬੰਦ ਕੇ ਤਾਲੂ ਜ਼ੁਬਾਨ ਲਗੇ ਕੇ ਇਸ ਤਰ੍ਹਾਂ ਕਰਨਾ ਆਟੋਮੈਟਿਕ ਜ਼ੁਬਾਨ ਦਾ ਤੇ ਦਿਲ ਦਾ ਰابطਾ ਹੋ ਜਾਂਦਾ ਬੱਚੋ ਜ਼ੁਬਾਨ ਦਾ ਦਿਲ ਦਾ ਰابطਾ ਹੋ ਜਾਂਦਾ ਬੰਦਾ ਜ਼ੁਬਾਨ ਤਾਲੂਣ ਲਾ ਕੇ ਕਹਿੰਦਾ ਤਸਵਰ ਕਰਨਾ ਬਸ ਇਸ ਤਰ੍ਹਾਂ ਤੋ ਸਮਝ ਕਰੋਗੇ ਇਨਸ਼ਾ ਅੱਲਾ ਤੁਹਾਡਾ ਇੱਕ ਦੋ ਹਫਤਿਆਂ ਵਿੱਚ ਤੁਹਾਡਾ ਯਾਨੀ ਕਿ ਦਿਲ ਦਾ ਰابطਾ ਬਿਲਕੁਲ ਸਾਫ਼ ਹੋ ਜਾਏਗਾ ਤੁਹਾਨੂੰ ਅੱਲਾ ਅੱਲਾ ਕਰਨ ਦਾ ਤਰੀਕਾ ਆਏਗਾ ਇਹ ਹੈਗਾ ਜਿਹੜੇ ਬੱਚੇ ਨਵੇਂ-ਨਵੇਂ ਇਸ ਕੰਮ ਚਾਹੁੰਦੇ ਉਹਨਾਂ ਲਈ ਹੈਗਾ ਜੀ ਠੀਕ ਹੈ ਤੇ ਤੁਹਾਨੂੰ ਪਤਾ ਹੈ ਜ਼ਰਬ ਲਾ ਕੇ ਵੀ ਕੀਤਾ ਕਰਮ ਜਾਰੀ ਕੀਤਾ ਜਾਂਦਾ ਹੈ ਲੇਕਿਨ ਬੱਚੋ ਜ਼ਰਬ ਸੀ ਤੁਹਾਨੂੰ ਲਾਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਤਾਲ ਨੂੰ ਸਿਰਫ਼ ਜ਼ੁਬਾਨ ਲਾਣੀ ਹੈ ਤਸਵਰ ਕਰਨਾ ਹੈ ਤੇ ਆਰਾਮ ਨਾਸਰਤ ਹੋਣ ਲਾ ਕੇ ਤੇ ਸਰਾ ਮੁਖ ਬੰਦ ਕਰੇ ਬੈਹ ਆਸਰਮ ਅੱਲਾ 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 ਤੇ ਮੇਰੇ ਬੱਚੋ ਜਦੋਂ ਤੂੰ ਬੰਦਾ ਕਰਦਾ ਨਾ ਇੱਕ ਦਫਾ ਅੱਲਾ ਇਹ ਮੇਰੀ ਗੱਲ ਯਾਦ ਕਰਨਾ ਇੱਕ ਦਫਾ ਅੱਲਾ ਕਰਨ ਦਾ 10 ਨੇਕੀਆਂ ਸਵਾਬ ਮਿਲਦਾ ਜੇ ਤੇ 10 ਗੁਨਾਹ ਵੀ ਨਾਲ ਮਾਫ ਹੋ ਜਾਂਦੇ ਜੇ ਇਹ ਚੰਗੀ ਜਾਨਾ ਸੁਣ ਲ ਤੁਸੀਂ 100 ਦਫਾ ਕਹਤੇ ਨਾ ਅੱਲਾ ਤੇ ਤੁਹਾਡੇ 12000 ਗੁਨਾਹ ਮਾਫ ਹੋ ਗਏ ਤੇ 1000 ਤੁਹਾਡੀਆਂ ਨੇਕੀਆਂ ਲਿਖ ਗਈਆਂ ਤੇ ਮੈਂ ਹੁਣ ਦਿਹਾੜੀ ਇੱਕ ਦਿਹਾੜੀ ਤੁਸੀਂ 1000 ਗੁਨਾਹ ਨਹੀਂ ਕਰਦੇ ਠੀਕ ਹੈ ਲੇਕਿਨ ਸਵਾਬ ਤੁਹਾਨੂੰ ਲੇਕਿਨ ਮਿਲਣਗੇ ਹਜ਼ੂਰ ਲੋ ਬੱਚੋ ਇੱਕ ਤਰੀਕਾ ਹੈ ਨਵੇਂ ਨਵੇਂ ਬੱਚਿਆਂ ਅਸ ਠੀਕ ਹੈ ਤੇ ਜਿਹੜੇ ਆਮ ਤੁਹਾਨੂੰ ਪਤਾ ਹੈ ਉਸ ਤਰ੍ਹਾਂ ਬੰਦੇ ਸਾਹ ਨਾਲ ਵੀ ਲਾਲ ਲਾ ਕਰਦੇ ਨੇ ਹੇਬ ਦੇਖੋ ਜੇ ਸਾਹ ਨਾਲ ਕਰਦੇ ਨੇ ਕਰਦੇ ਬੱਚੋ ਇਹ ਕਿੰਨੀ ਇੱਕ ਵਾਰ ਅਸੀਂ ਕਰਾਂਗੇ ਇਹਦੇ 10 ਮਿੰਟ ਕਰ ਲਾਂਗੇ 15 ਮਿੰਟ ਕਰਾਂਗੇ ਉਸ ਤੋਂ ਸਾਡੀ ਬਸ ਹੋ ਜਾਂਦੀ ਫਿਰ ਸਾਹ ਖਤਮ ਹੋਇਆ ਤੇ ਲਾਲ ਲਾ ਬਸ ਹੋ ਗਈ ਜਿਸ ਲਈ ਬੱਚੋ ਜਿਹੜਾ ਤਰੀਕਾ ਤੁਹਾਨੂੰ ਮੈਂ ਦੱਸ ਰਿਹਾ ਅਗਲਾ ਤਰੀਕਾ ਇੱਕ ਤਰੀਕਾ ਹੈਗਾ ਇੱਕ ਤਰੀਕਾ ਜਿਹੜਾ ਤੁਹਾਨੂੰ ਇਹ ਦੱਸਿਆ ਸਾਹ ਨਾਲ ਕਰਨ ਵਾਲਾ ਸਾਹ ਨਾਲ ਤੁਸੀਂ ਉਹਨਾਂ ਦੀ ਕਰ ਸਕਦੇ ਹੋ ਜਿੰਨਾ ਕਿ ਤੁਸੀਂ ਸਾਹ ਨਾਲ ਕਰਦੇ ਇਸ ਤਰ੍ਹਾਂ ਇਹ 15 ਮਿੰਟ ਕਰ ਲਓ 10 ਮਿੰਟ ਕਰ ਲਓ ਬੱਚਿਓ ਜਦੋਂ ਬੰਦਾ ਕਲਪ ਜਾਰੀ ਹੋ ਜਾਂਦਾ ਹੈ ਉਸ ਤੋਂ ਬਾਅਦ 24 ਘੰਟੇ ਅੱਲਾ ਅੱਲਾ 24 ਘੰਟੇ ਜਿਸ ਤਾਂ ਮੇਰੇ ਨਬੀ पाक ਫਰਮਾਂਦੇ ਨੇ ਵੀ ਮੇਰੀ ਅੱਖਾਂ ਸੌਂਦੀਆਂ ਦਿਲ ਮੇਰਾ ਜਾਗਦਾ ਹੈ ਉਸ ਤੋਂ ਫਿਰ ਦਿਲ ਜਾਗ ਜਾਂਦਾ ਹੈ ਉਹ ਦਿਲ ਕਿਸ ਤਰ੍ਹਾਂ ਜਾਗਦਾ ਹੈ ਉਹ ਐਸਾ ਜਾਗਦਾ ਹੈ ਤੁਸੀਂ ਮੇਰੇ ਨਾਲ ਦੇਖੋ ਜ਼ੁਬਾਨ ਮੂੰਹ ਬਿਲਕੁਲ ਬੰਦ ਹੋਣ ਬੰਦ ਬਿਲਕੁਲ ਸੱਜੇ ਹੋ ਗਏ ਹਿੱਲਣੇ ਵਿਜ਼ੂਰਤੇ ਜ਼ਰਬਾ ਮਾਰਦੇ ਵਿਜ਼ੂਰਤ ਨਹੀਂ ਪੈਗੇ ਇਨਸ਼ਾਅੱਲਾ ਤਾਲਾ ਤੁਮ ਚਾਹਤ ਹੈ ਇਸ ਤਰ੍ਹਾਂ ਬਹਿ ਕੇ ਆਮਨਾ ਉਸ ਤੋਂ ਸੁਲਤਾਨ ਬਉ ਸਰਕਾਰ ਫਰਮਾਨਦੇ ਨੇ ਐਸੀ ਲਾਲਕੋ ਨਾਲ ਬੰਦਾ ਬੈਠਾ ਉਹਨੂੰ ਪਤਾ ਲੱਗਿਆ ਲਾਲਾ ਲਾਹੌਰਿਆ ਨਾ ਹਿੱਲੇ ਨਾ ਜੁਲੇ ਬਿਲਕੁਲ ਆਣ ਬੈ ਕੇ ਤੇ ਇਹ ਆਵਾਜ਼ ਕਰਨੀ ਹੈ ਅੱਨ 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 ਕੁਝ ਹੈਗੀ ਜੋ ਕਲਪ جاری ਹੋ ਜਾਂਦਾ ਉਸ ਤੋਂ ਬਾਅਦ ਇਹ ਆਵਾਜ਼ ਨਿਕਲਦੀ ਹੈ ਮੇਰੇ ਬੱਚੋ ਤੁਹਾਨੂੰ ਪਤਾ ਲੱਗਿਆ ਕਲਪ ਪਹਿਲੇ ਜ ਨਵੇਂ ਨ ਬੱਚੇ ਜਾਰੀ ਕਰਨਾ ਉਹਨਾਂ ਨੇ ਕਿਸ ਤਰ੍ਹਾਂ ਕਰਨਾ ਹੈ ਉਹਨਾਂ ਤਾਲੂ ਜ਼ਬਾਨ ਲਾ ਕੇ ਤੁਹਾਨੂੰ ਜਸਾ ਨਾਲ ਤਸਵਰਨਾ ਕਰਨਾ ਉਸ ਤੋਂ ਬਾਅਦ ਕਈ ਬੱਚੇ ਕਰਦੇ ਨੇ ਸਾਹ ਨਾਲ ਬੱਚਿਓ ਉਹ ਵੀ ਬੰਦਾ ਉਹਨਾਂ ਜਿਹੜਾ ਜ਼ਿਕਰ ਹੈਗਾ ਜੇ ਨਾ ਸਾਹ ਨਾਲ ਉਹਨਾਂ ਚਿਹਰੀ ਬੰਦਾ ਕਰਦਾ ਜਿਹਨਾਂ ਕੇ ਸਾਹ ਨਾਲ ਚਲਾਉਂਦਾ ਰਹਿੰਦਾ ਲੇਕਿਨ ਇਹ ਜਿਹੜਾ ਜ਼ਿਕਰ ਕਲਪੀ ਸ਼ੁਰੂ ਹੋ ਜਾਂਦਾ ਜ਼ਿਕਰ ਜਾਰੀ ਹੋ ਜਾਂਦਾ ਕਲਪ ਤੇ ਫੇਰ 24 ਘੰਟੇ ਜਾਰੀ ਰਹਿੰਦਾ ਜੇ ਫੇਰ ਬੰਦਾ ਸੌਂ ਵੀ ਤੇ ਚੱਲਦਾ ਰਹਿੰਦਾ ਤੇ ਤੁਹਾਨੂੰ ਮੈਂ ਕਿੰਨੀ ਕਿ ਵਾਰੀ ਦੱਸੂਕਿਆਂ ਵੀ ਇੱਕ ਵਾਰ ਅੱਲਾ ਕਹੋ ਜਿਹੜੇ ਪੀਰ ਕਾਮਿਲ ਹੁੰਦੇ ਨੇ ਉਹ ਆਪਣੇ ਮਰੀਦ ਨੂੰ ਕੋਈ ਗੱਲ ਸਮਝਾਉਂਦੇ ਨੇ ਪੁੱਤਰ ਨਮਾਜ਼ ਪੜ੍ਹਨੀ ਹੈ ਤੇ ਇੱਕ ਵਾਰ ਤੂੰ ਕਹਿਣਾ ਅੱਲਾ ਤੇ ਤੇਰੇ 10 ਗੁਨਾਹ ਮਾਫ ਹੋ ਜਾਣੇ ਨੇ 10 ਨੇਕੀਆਂ ਲਿਖੇ ਜਾਣੀਆਂ 10 ਦਰਜੇ ਬਲੰਦ ਹੋ ਜਾਣੇ ਨੇ ਬੱਚੋ ਇਹ ਚੰਗੀ ਤਰ੍ਹਾਂ ਇੱਕ ਜ਼ੇਹ ਨਸ਼ੀਨ ਕਰ ਲੋ ਵੀ ਇੱਕ ਵਾਰ ਅੱਲਾ ਕਹਿਣ ਨਾਲ 10 ਤੁਹਾਡੀਆਂ ਨੇਕੀਆਂ ਲਿਖੀਆਂ 10 ਤੁਹਾਡੇ ਗੁਨਾਹ ਮਾਫ ਹੋ ਜਾਣਗੇ 10 ਦਰਜੇ ਬਲੰਦ ਅੱਲਾ ਤਾਲਾ ਕਰ ਦਿੰਦਾ ਤੇ ਅਜਰ ਤੁਸੀਂ ਲੈਣਾ ਅੱਲਾ ਕੋਲੋਂ ਕਿਸੇ ਬੰਦੇ ਕੋਲੋਂ ਨਹੀਂ ਲੈਣਾ ਅੱਲਾ ਤਾਲਾ ਤੁਹਾਨੂੰ ਇਜ਼ਾਜ਼ਤ ਦੇਗਾ لو بچوں ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਗਈ ਹੈ ਅਗਰ ਕਿਸੇ ਚੀਜ਼ ਦੀ ਕਮੀ ਪਛਤਾਨ ਰਹੇ ਤੇ WhatsApp ਨੰਬਰ ਤੇ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਮੇਰੇ ਨਾਲ ਕੁਝ ਗੱਲ ਪੁੱਛਣੀ ਪੁੱਛ ਸਕਦੇ ਜੇ ਹੋਰ ਬੱਚੋ ਜੇ ਅਗਰ ਤੁਹਾਨੂੰ ਇਹ ਵੀਡੀਓ ਤੁਹਾਨੂੰ ਬਹੁਤ ਅੱਛੀ ਲੱਗੀ ਹੈ ਤੇ ਫਿਰ ਉਸਕ ਸਬਸਕ੍ਰਾਈਬ ਕਰੋ ਔਰ ਲਾਈਕ ਵੀ ਕਰੋ ਸ਼ੇਅਰ ਕਰਨਾ ਲੋ ਬੱਚੋ ਫਿਰ ਅਸਲਾਮੁਅਲੈਕਮ ਜੀ